ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕੀ ਹੁਣ ਕਾਰਵਾਈ ਹੋਣ ਜਾ ਰਹੀ ਹੈ? ਕੀ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇੱਕ ਪੁਰਾਣਾ ਮਾਮਲਾ ਹੁਣ ਸਤਾਉਂਦਾ ਨਜ਼ਰ ਆਉਣ ਲੱਗਿਆ? ਦਰਅਸਲ ਇਹ ਮਾਮਲਾ ਜੁੜਿਆ ਹੋਇਆ ਵਿਧਾਨ ਸਭਾ ਦੇ ਲੰਘੇ ਦਿਨ ਦੇ ਸੈਸ਼ਨ ਦੇ ਨਾਲ, ਔਰ ਲੰਘੇ ਕੱਲ ਵਿਧਾਨ ਸਭਾ ਦੇ ਵਿੱਚ ਬਹੁਤ ਕੁਝ ਹੋਇਆ, ਉਸ ਦੇ ਵਿੱਚ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੀ ਜ਼ਿਕਰ ਕੀਤਾ ਗਿਆ। ਰਾਜਾ ਵੜਿੰਗ ਦਾ ਇੱਕ ਪੁਰਾਣਾ ਮਾਮਲਾ, ਉਹਨਾਂ ਦੇ ਨਾਲ ਜੁੜਿਆ ਹੋਇਆ ਇੱਕ ਪੁਰਾਣਾ ਮਾਮਲਾ ਹੈ, ਜਦੋਂ ਕਾਂਗਰਸ ਦੀ ਸਰਕਾਰ ਸੀ ਔਰ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਸਨ। ਉਸ ਵੇਲੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਲੈ ਕੇ, ਉਹਨਾਂ ਦੀਆਂ ਬੋਡੀਆਂ ਨੂੰ ਲੈ ਕੇ ਇੱਕ ਵੱਡੀ ਧਾਂਦਲੀ ਦਾ ਇਲਜ਼ਾਮ ਰਾਜਾ ਵੜਿੰਗ ਦੇ ਉੱਤੇ ਲੱਗਿਆ ਸੀ। ਸੀਐਮ ਭਗਵੰਤ ਮਾਨ ਨੇ ਉਹੀ ਚੀਜ਼ ਹੁਣ ਦੁਹਰਾਈ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਤੇ ਇਲਜ਼ਾਮ ਲਗਾਇਆ ਗਿਆ ਕਰੋੜਾਂ ਰੁਪਇਆਂ ਦੇ ਘਪਲੇ ਦਾ। ਸੀਐਮ ਭਗਵੰਤ ਮਾਨ ਨੇ ਵੀ ਹੁਣ ਜ਼ਿਕਰ ਕੀਤਾ, ਜਿੱਥੇ ਪੰਜਾਬ ਦੇ ਅੰਦਰ, ਖਾਸ ਕਰਕੇ ਜਲੰਧਰ ਦੇ ਅੰਦਰ, ਬੱਸਾਂ ਦੀ ਬੋਡੀਆਂ ਦੀ ਰੈਨੋਵੇਸ਼ਨ ਜਿਹੜੀ ਹੈ ਉਹ ਬੜੇ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। ਦੇਸ਼ ਭਰ ਤੋਂ ਬੱਸਾਂ ਜਿਹੜੀਆਂ ਨੇ ਪੰਜਾਬ ਲਿਆਂਦੀਆਂ ਜਾਂਦੀਆਂ ਨੇ, ਇੱਥੇ ਲਿਆ ਕੇ ਬੱਸਾਂ ਦੀ ਰੈਨੋਵੇਸ਼ਨ ਕਰਵਾਈ ਜਾਂਦੀ ਹੈ। ਪਰ ਪੀਪੀਸੀਸੀ ਪ੍ਰਧਾਨ ਰਾਜਾ ਵੜਿੰਗ ਨੂੰ ਰਾਜਸਥਾਨ ਦੇ ਵਿੱਚ ਜ਼ਿਆਦਾ ਵਧੀਆ ਸਹੂਲਤਾਂ ਲੱਭ ਗਈਆਂ, ਜਿਸ ਕਰਕੇ ਰਾਜਸਥਾਨ ਦੀਆਂ ਤਿੰਨ ਕੰਪਨੀਆਂ ਨੂੰ, ਉਹਨਾਂ ਦੇ ਜੁਆਇੰਟ ਵੈਂਚਰ ਨੂੰ ਇਹ ਕੰਟਰੈਕਟ ਦੇ ਦਿੱਤਾ ਗਿਆ ਕਾਂਗਰਸ ਦੀ ਲੰਘੀ ਸਰਕਾਰ ਦੇ ਵਿੱਚ। ਔਰ ਸਾਫ਼ ਤੌਰ ਦੇ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਰਾਜਾ ਵੜਿੰਗ ਦੇ ਉੱਤੇ ਪਹਿਲਾਂ ਵੀ ਬੱਸਾਂ ਦੀਆਂ ਬੋਡੀਆਂ ਜਿਹੜੀਆਂ ਨੇ ਉਹਨਾਂ ਦੇ ਘਪਲੇ ਕਰਨ ਦਾ ਇਲਜ਼ਾਮ ਲੱਗਿਆ, ਔਰ ਨਾਲ ਦੀ ਨਾਲ ਇਸ ਮਾਮਲੇ ਨੂੰ ਲੈ ਕੇ ਹੁਣ ਇਹ ਚਰਚਾ ਛਿੜ ਗਈ ਹੈ ਕਿ ਜਿਹੜਾ ਮਾਮਲਾ ਪਹਿਲਾਂ ਚੱਕਿਆ ਗਿਆ, ਜਿਹੜੇ ਇਲਜ਼ਾਮਾਂ ਦੇ ਨਾਲ ਸੁਰਖੀਆਂ ਦੇ ਨਾਲ ਅਖਬਾਰਾਂ ਭਰੀਆਂ ਹੁੰਦੀਆਂ ਸੀ ਕਿ ਹੁਣ ਰਾਜਾ ਵੜਿੰਗ ਨੂੰ ਉਸ ਮਾਮਲੇ ਦੇ ਉੱਤੇ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਸਕਦਾ, ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ, ਰਾਜਾ ਵੜਿੰਗ ਦੀਆਂ ਮੁਸ਼ਕਲਾਂ ਹੁਣ ਵੱਧ ਸਕਦੀਆਂ ਨੇ। ਇੱਕ ਪਾਸੇ ਤਾਂ ਬੱਸਾਂ ਦੀ ਬੋਡੀ ਦੇ ਵਿੱਚ ਘਪਲੇ ਦਾ ਮਾਮਲਾ ਆ, ਔਰ ਉਸੇ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਸਿੱਧਾ ਨਿਸ਼ਾਨਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਤੇ ਸਾਧਿਆ। ਪਰ ਦੂਜੇ ਪਾਸੇ ਹੁਣ ਚਰਚਾ ਇਹ ਹੈ ਕਿ ਰਾਜਾ ਵੜਿੰਗ ਹੁਣ ਇਸ ਇਲਜ਼ਾਮ ਤੋਂ ਔਰ ਇਸ ਤੋਂ ਬਾਅਦ ਉੱਠਦੀ ਹੀਟ ਤੋਂ ਕਿਸ ਤਰ੍ਹਾਂ ਬਚਣਗੇ, ਰਾਜਾ ਵੜਿੰਗ ਦੇ ਨਾਲ ਹੁਣ ਕੀ ਕੁਝ ਕੀਤਾ ਜਾਵੇਗਾ, ਕਾਰਵਾਈ ਜਿਹੜੀ ਹੈ ਕੀਤੀ ਜਾਵੇਗੀ, ਨਹੀਂ ਕੀਤੀ ਜਾਵੇਗੀ, ਜਾਂਚ ਕੀਤੀ ਜਾਵੇਗੀ, ਨਹੀਂ ਕੀਤੀ ਜਾਵੇਗੀ, ਜੋ ਵੀ ਹੈ ਆਉਣ ਦੇ ਦਿਨਾਂ ਦੇ ਵਿੱਚ ਪਤਾ ਲੱਗੇਗਾ। ਪਰ ਫਿਲਹਾਲ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਹੁਣ ਵੱਧ ਸਕਦੀਆਂ ਨੇ। ਸਰ ਕੱਲ ਨੂੰ ਬਜਟ ਪੇਸ਼ ਕਰਨਗੇ, ਬਜਟ ਦੇ ਵਿੱਚ ਇੱਕ ਪ੍ਰੋਵੀਜ਼ਨ ਰੱਖੀ ਹੈ, ਪੰਜਾਬ ਦੇ ਵਿੱਚ ਬੱਸਾਂ ਦੀਆਂ ਬਾਡੀਆਂ ਲੱਗਦੀਆਂ। ਸਰ ਹਰਗੋਬਿੰਦ ਭਦੌੜ ਵਾਲਾ ਮਸ਼ਹੂਰ ਹੈ, ਸਤਲੁਜ ਜਲੰਧਰ ਵਾਲਾ ਮਸ਼ਹੂਰ ਹੈ, ਪਰ ਸਾਰੇ ਇੰਡੀਆ ਚੋਂ ਬੱਸਾਂ ਟਰੱਕਾਂ ਦੀਆਂ ਬਾਡੀਆਂ ਲਵਾਉਣ ਲੋਕ ਪੰਜਾਬ ਚ ਆਉਂਦੇ ਹੈ, ਪਰ ਪਤਾ ਨਹੀਂ ਕੀ ਕਾਰਨ ਹੋ ਗਿਆ, ਪਿਛਲੇ ਸਰਕਾਰ ਦੌਰਾਨ ਬੱਸਾਂ ਦੀਆਂ ਬਾਡੀਆਂ ਲਵਾਉਣ ਵਾਸਤੇ ਸਾਨੂੰ ਰਾਜਸਥਾਨ ਜਾਣਾ ਪੈ ਗਿਆ। ਸਰ ਇਹ ਚੈੱਕ ਕਰਾਂਗੇ, ਰਾਜਸਥਾਨ ਵਾਲੇ ਸਸਤੀਆਂ ਲਾ ਰਹੇ ਨੇ, ਇਹ ਚੈੱਕ ਕੀਤਾ ਜਾਊਗਾ। ਇਹ ਆਪਣਾ ਆਪਣਾ ਤਾਂ ਬਿਜ਼ਨਸ, ਆਪਣਾ ਬਿਜ਼ਨਸ ਬਾਹਰ ਜਾ ਰਿਹਾ, ਜੇ ਉਹ ਸਸਤੀਆਂ ਲਾ ਰਹੇ ਨੇ ਤਾਂ ਆਪਾਂ ਵੀ ਉਨੀ ਮੈਚ ਕਰ ਦਾਂਗੇ ਰਾਜਸਥਾਨ ਨਾਲ, ਇਹ ਬਜਟ ਦੇ ਵਿੱਚ ਪੇਸ਼ ਕਰਾਂਗੇ। ਵੜਿੰਗ ਸਾਹਿਬ, ਰਾਜਾ ਵੜਿੰਗ ਸਾਹਿਬ, ਆ ਸੁਣ ਲਿਓ, ਬੱਸਾਂ ਦੀਆਂ ਬਾਡੀਆਂ ਇੱਥੇ ਕਿਉਂ ਨਹੀਂ ਲੱਗਦੀਆਂ, ਇਹਦੇ ਬਾਰੇ ਅਸੀਂ ਜਾਂਚ ਕਰਾਂਗੇ। ਤੇ ਇਹਨਾਂ ਨੂੰ ਹਰੀਸ਼ ਚੌਧਰੀ ਦੇ ਕਹਿਣ ਤੇ ਉੱਥੇ ਬੱਸਾਂ ਦੀਆਂ ਬਾਡੀਆਂ ਕਿਉਂ ਲਵਾਉਣੀਆਂ ਪਈਆਂ, ਇਹਦੇ ਬਾਰੇ ਵੀ ਸਾਰਾ ਕੁਝ ਜਾਂਚ ਕੀਤੀ ਜਾਊ, ਕਿੰਨਾ ਘਾਟਾ ਪਿਆ ਆਪਾਂ ਨੂੰ, ਤੇ ਬੱਸਾਂ ਲੋਕ ਬਾਡੀਆਂ ਲਵਾਉਣ ਆਉਂਦੇ ਇੱਥੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।